ਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੜਜੋੜ ਤੋਂ ਬਾਅਦ ਸਾਡੇ ਸਹਿਯੋਗੀ ਰਮਨਦੀਪ ਸ਼ਰਮਾ ਨੇ ਸੁਖਬੀਰ ਸਿੰਘ ਬਾਦਲ ਨਾਲ ਖਾਸ ਗੱਲਬਾਤ ਕੀਤੀ। ਕੀ ਕੁਝ ਉਹ ਕਹਿੰਦੇ ਵਿਖਾਈ ਦਿੱਤੇ, ਆਓ ਸੁਣਦੇ ਹਾਂ। 25 ਸਾਲ ਬਾਅਦ ਇਤਿਹਾਸ ਨੇ ਮੁੜ ਆਪਣੇ ਆਪ ਨੂੰ ਦੁਹਰਾਇਆ ਹੈ। ਇੱਕ ਸਮਾਂ ਉਹ ਸੀ 1996 ਦੇ ਵਿੱਚ ਜਦੋਂ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੜਜੋੜ ਸੀ ਅਤੇ ਇੱਕ ਕਲੀਨ ਸਵੀਪ ਕੀਤਾ, ਸਾਰੀਆਂ ਪਾਰਟੀਆਂ ਨੂੰ 11 ਸੀਟਾਂ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਜਿੱਤੀਆਂ ਸਨ। ਅੱਜ ਇੱਕ ਵਾਰ ਫਿਰ ਮੁੜ ਗੜਜੋੜ ਹੋਇਆ। ਸੁਖਬੀਰ ਸਿੰਘ ਬਾਦਲ ਸਾਡੇ ਨਾਲ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ। ਸੁਖਬੀਰ ਜੀ, ਕਿਹੜੇ ਵੱਡੇ ਮੁੱਦੇ ਰਹਿਣ ਵਾਲੇ ਨੇ ਨਵਾਂ ਗੜਜੋੜ? ਤੁਸੀਂ ਵੀ ਨਾਅਰਾ ਦਿੱਤਾ ਕਿ ਨਵਾਂ ਪੰਜਾਬ ਜਿਹੜਾ ਵਿਕਾਸ ਦੀ ਗੱਲ ਕੀਤੀ ਹੋ, ਉਧਰ ਨਵਾਂ ਨਰੋਆ ਪੰਜਾਬ ਦੀ ਗੱਲ ਕੀਤੀ ਜਾ ਰਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 4-4.5 ਸਾਲ ਪੰਜਾਬ ਤਬਾਹੀ ਲਿਆਂਦੀ, ਜੋ ਗਰੀਬ ਦੀ ਸਹੂਲਤਾਂ ਸੀ ਸਾਰੀਆਂ ਬੰਦ ਕਰਤੀ, ਐਸੀ ਸਕੋਲਰਸ਼ਿਪ ਵਰਗੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਮੁਫਤ, ਉਹ ਵੀ ਬੰਦ ਕਰਤੀਆਂ। ਲੋਕ ਦੁਖੀ, ਲੁੱਟ ਖੋਹ ਚੱਲ ਰਹੀ ਆ, ਰੇਤ ਮਾਫੀਆ, ਕਰਪਸ਼ਨ, ਆਪਣਾ ਸੈਂਡ ਮਾਫੀਆ ਤੋਂ ਲੈ ਕੇ ਲਿਕਰ ਮਾਫੀਆ ਤੋਂ ਮੈਂ ਲੁੱਟਣ 'ਤੇ ਲੱਗਿਆ। ਹੁਣ ਜਿਹੜੀ ਹੈ ਤੁਸੀਂ ਦੇਖੋ ਕਰੋਨਾ ਵਿੱਚ ਕਿਹੋ ਬੁਰਾ ਹਾਲ ਕਰ ਦਿੱਤਾ, ਦਵਾਈਆਂ ਨਹੀਂ ਮਿਲ ਰਹੀਆਂ, ਲੋਕ ਮਰ ਰਹੇ ਹੈ। ਇਹ ਜਿਹਾ ਮੁੱਖ ਮੰਤਰੀ ਜਿਹਨੂੰ ਪਰਵਾਹ ਹੀ ਨਹੀਂ, ਚਿੰਤਾ ਨਹੀਂ। ਸੋ ਅੱਜ ਬੜੀ ਖੁਸ਼ੀ ਹੈ ਕਿ ਦੋ ਪਾਰਟੀਆਂ ਜਿਨ੍ਹਾਂ ਦੀ ਸੋਚ ਇੱਕੋ ਜਿਹੀ ਹੈ, ਜਿਨ੍ਹਾਂ ਦੇ ਸੁਪਨੇ ਇੱਕੋ ਜਿਹੇ ਹੈ, ਜਿਹੜੇ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਗੱਲ ਕਰਦੇ ਹੈ, ਜਿਨ੍ਹਾਂ ਨੇ ਇਹਨਾਂ ਵਰਗਾਂ ਦੇ ਤਰਫ ਲੜਦੇ ਰਹੇ ਹੈ, ਅੱਜ ਦੋ ਇੱਕੋ ਹੀ ਸੋਚ ਵਾਲੀਆਂ ਪਾਰਟੀਆਂ ਇੱਕ ਪਲੈਟਫਾਰਮ 'ਤੇ ਆ ਗਈਆਂ। ਇੱਕ ਬਹੁਤ ਵੱਡੀ ਸਟਰੈਂਥ ਮਿਲੂਗੀ ਅਤੇ ਮੈਂ ਕਹਿ ਸਕਦਾ ਪੰਜਾਬ ਦੀ ਤਰੱਕੀ ਹੁਣ ਤੁਸੀਂ ਦੇਖੋ ਕਿੰਨੀ ਹੁੰਦੀ। ਘੱਟ ਗਿਣਤੀ ਦੀ ਗੱਲ ਕਰਦੇ ਰਹੇ, ਉਹ ਦਲਿਤ ਭਾਈਚਾਰੇ ਦੀ ਗੱਲ ਕਰਦੇ ਰਹੇ, ਕਿਉਂ ਦਲਿਤ ਭਾਈਚਾਰਾ ਜਿਹੜਾ ਹੈਗਾ ਉਹ ਜਿਹੜੀਆਂ ਡਿਮਾਂਡ 2017 ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ ਇਸ ਤੋਂ ਪਹਿਲਾਂ ਉਹ ਕਿਉਂ ਨਹੀਂ ਪੂਰੇ ਹੁੰਦੇ? ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਕਰਦਾ, ਅੱਜ ਤੱਕ ਜੋ ਵੀ ਗਰੀਬ ਨੂੰ, ਕਿਸਾਨ ਨੂੰ, ਦਲਿਤ ਭਾਈਚਾਰੇ ਨੂੰ, ਵਪਾਰੀ ਨੂੰ ਜੋ ਵੀ ਅਸੀਂ ਵਾਅਦਾ ਕੀਤਾ ਪੂਰਾ ਕੀਤਾ। ਜਿੰਨੀਆਂ ਵੀ ਸਹੂਲਤਾਂ ਮਿਲ ਰਹੀਆਂ ਅਸੀਂ ਦਿੱਤੀਆਂ ਸੀ ਜਦੋਂ ਸ਼ੁਰੂ ਕੀਤੀਆਂ ਸੀ। ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹੜੀ ਝੂਠ 'ਤੇ ਨਿਰਭਰ ਹੈ, ਝੂਠੀਆਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਅਤੇ ਐਸੀ ਸਕੋਲਰਸ਼ਿਪ ਵਰਗੀ ਅਹਿਮ ਜਿਹੜੀਆਂ ਬੈਨੀਫਿਟ ਸਕੀਮ ਹੈ ਉਹ ਬੰਦ ਕਰ ਦਿੱਤੀਆਂ। ਅੱਜ ਵਿਚਾਰਾ ਗਰੀਬ ਦੁਖੀ ਹੈ, ਆਪਣੇ ਬੱਚੇ ਨਹੀਂ ਪੜ੍ਹਾ ਸਕਦਾ, ਉਹਨਾਂ ਦੇ ਕਾਰਡ ਕੱਟਤੇ, ਉਹਨਾਂ ਆਟਾ ਦਾਲ ਦੇ ਕਾਰਡ ਕੱਟਤੇ, ਉਹਨਾਂ ਦੇ ਸ਼ਗਨ ਦੇ ਕਾਰਡ ਕੱਟਤੇ। ਇਕੱਲੇ ਕਹਿੰਦੇ ਕਿ ਜੋ ਕਾਂਗਰਸ ਨੂੰ ਵੋਟ ਪਾਊਗਾ ਉਹਨੂੰ ਦੇਵਾਂਗੇ, ਦੂਜਿਆਂ ਨੂੰ ਨਹੀਂ। ਇਹ ਜੀ ਸੋਚ ਵਾਲੀ ਪਾਰਟੀ, ਇਹ ਜੀ ਸੋਚ ਵਾਲੀ ਸਰਕਾਰ ਹੁਣ ਪੰਜਾਬ 'ਚ ਨਹੀਂ ਰਹਿ ਸਕਦੀ। ਸੁਖਬੀਰ ਜੀ, ਅਜੇ 2019 ਦੇ ਲੋਕ ਸਭਾ ਚੋਣਾਂ ਵੇਖੀਆਂ, 3 ਅਹਿਮ ਹਲਕੇ ਜਿਨ੍ਹਾਂ ਦੇ ਵਿੱਚ ਨਵਾਂ ਸ਼ਹਿਰ, ਜਿਨ੍ਹਾਂ ਦੇ ਵਿੱਚ ਅਨੰਦਪੁਰ ਸਾਹਿਬ, ਜਿਨ੍ਹਾਂ ਦੇ ਵਿੱਚ ਜਲੰਧਰ, ਜਿੱਤ ਹਾਰ ਦਾ ਮਾਰਜਨ ਬੜਾ ਛੋਟਾ ਰਿਹਾ ਅਤੇ ਦੂਜੇ ਪਾਸੇ BSP ਦੇ ਉਮੀਦਵਾਰ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਲੈ ਕੇ 2.5 ਲੱਖ ਤੱਕ ਵੋਟਾਂ ਲੈ ਕੇ ਗਏ। ਲੱਗਦਾ ਕਿ ਇਹਨਾਂ ਦਾ ਇੰਪੈਕਟ ਜਿਹੜਾ ਹੈਗਾ ਜਿਹਨਾਂ ਵਿਧਾਨ ਸਭਾ ਹਲਕਿਆਂ ਦੇ ਅੰਡਰ ਆਉਂਦੇ ਉਹ ਜ਼ਰੂਰ ਦੇਖਣ ਨੂੰ ਮਿਲੇ? ਪੂਰੇ ਪੰਜਾਬ 'ਚ ਇੰਪੈਕਟ ਹੋਊਗਾ। ਤੁਸੀਂ ਦੱਸੋ, ਇੱਕ ਪਲੈਟਫਾਰਮ 'ਤੇ ਦੋਨੋਂ ਸੋਚ, ਇੱਕੋ ਸੋਚ ਵਾਲੀ ਪਾਰਟੀਆਂ ਇੱਕ ਪਲੈਟਫਾਰਮ 'ਤੇ ਆ ਗਈਆਂ, ਤੂਫਾਨ ਖੜਾ ਹੋ ਜਾਊਗਾ ਕਾਂਗਰਸ।